ਨਹੀਂ ਰੀਸਾਂ ਮੇਰੇ ਪੰਜਾਬ ਦੀਆਂ, ਮਈ ਹੋਵੇ ਜਾਂ ਜੂਨ ਹੋਵੇ, ਹਰ ਵੇਲੇ ਇੱਥੇ ਲੰਗਰ ਔਰ ਪਾਣੀ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਦੀਆਂ। ਅੱਜ ਏਕਤਾ ਲਹਿਰ ਦੀ ਟੀਮ ਪਹੁੰਚੀ ਆ ਮਹੱਲਾ ਪ੍ਰੀਤ ਨਗਰ। ਪ੍ਰੀਤ ਨਗਰ ਦੇ ਵਿੱਚ ਨੌਜਵਾਨ ਸਭਾ, ਮਹੱਲਾ ਪ੍ਰੀਤ ਨਗਰ ਦੇ ਵਿੱਚ ਛਬੀਲ ਦੀ ਲੰਗਰ ਦੀ ਛਬੀਲ ਵੀ ਲਾਇਆ ਗਿਆ ਔਰ ਲੰਗਰ ਵੀ ਲਾਈ ਗਏ ਆ। ਤਸਵੀਰਾਂ ਮੈਂ ਦਿਖਾ ਦੇ ਹਾਂ, ਪਿੱਛੇ ਆਪਣੇ ਲੰਗਰ ਦੀ ਸੇਵਾ ਹੋ ਰਹੀ ਆ, ਨਾਲ ਨਾਲ ਛਬੀਲ ਦੀ ਸੇਵਾ ਹੋ ਰਹੀ ਆ। ਪੂਰੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਆ, ਗਰਮੀ ਨੂੰ ਦੇਖਦੇ ਹੋਏ ਇੱਕ ਸੇਵਾ ਭਾਵਨਾ ਦੇ ਨਾਲ ਇੱਥੇ ਦੇ ਜਿਹੜੇ ਨੌਜਵਾਨ ਆ ਉਹ ਲੰਗਰ ਅਤੇ ਛਬੀਲਾਂ ਲਾਉਂਦੇ ਨੇ। ਕੁਛ ਗੱਲਬਾਤ ਕਰਾਂਗੇ ਖੜੀਏ, ਬਹੁਤ ਚਿਰ ਦੀ ਯਾਰ। ਸਰ, ਸਭ ਤੋਂ ਪਹਿਲੇ ਸਵਾਗਤ ਤੁਹਾਡਾ ਏਕਤਾ ਲਹਿਰ ਨਿਊਜ਼ ਦੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੁਸ਼ੀਲ ਢੀਂਗਰਾ ਜੀ, ਅਸੀਂ ਬਹੁਤ ਧੰਨਵਾਦੀ ਹਾਂ ਏਕਤਾ ਲਹਿਰ ਦੇ ਕਿ ਏਕਤਾ ਲਹਿਰ ਜਿਹੜੀ ਆ ਸੁਸ਼ੀਲ ਢੀਂਗਰਾ ਜੀ ਆ ਹਰ ਨਕੋਦਰ ਦੀ ਨਿੱਕੀ ਨਿੱਕੀ ਖਬਰ ਜਿਹੜੀ ਆ ਉਹ ਕਵਰ ਕਰਕੇ ਸਾਡੇ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ, ਅਸੀਂ ਬਹੁਤ ਧੰਨਵਾਦੀ ਹਾਂ। ਅੱਜ ਬੜਾ ਖੁਸ਼ੀ ਦਾ ਮਾਹੌਲ ਵੀ ਆ, ਐਪਰੀਸ਼ੀਏਟ ਵੀ ਕਰਦੇ ਹਾਂ ਮਹੱਲਾ ਨੌਜਵਾਨ ਪ੍ਰੀਤ ਨਗਰ ਸਭਾ ਨੂੰ, ਨੌਜਵਾਨ ਪ੍ਰੀਤ ਨਗਰ ਮਹੱਲਾ ਪ੍ਰੀਤ ਨਗਰ ਦੀ ਸਭਾ ਨੂੰ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ। ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹਨਾਂ ਨੇ ਛਬੀਲ ਵੀ ਲਗਾਈ, ਲੰਗਰ ਵੀ ਲਗਾ ਰਹੇ ਆ ਔਰ ਹਰ ਸੇਵਾ ਦੇ ਮੌਕੇ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਔਰ ਅੱਜ ਇਹਨਾਂ ਨੇ ਸਵੇਰ ਤੋਂ ਜਦੋਂ ਸੇਵਾ ਛਬੀਲ ਦੀ ਆਰੰਭ ਕੀਤੀ ਉਹਦੇ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਜਿਹੜੀ ਸਾਡੀ ਅੱਜ ਸਮੇਂ ਦੀ ਲੋੜ ਆ ਕਿ ਹਰ ਬੰਦਾ ਜਿਹੜਾ ਇੱਕ ਰੁੱਖ ਲਗਾਵੇ, ਇਹਨਾਂ ਨੇ ਸਭ ਤੋਂ ਪਹਿਲਾਂ ਅੱਜ ਰੁੱਖਾਂ ਦਾ ਵੀ ਲੰਗਰ ਲਾਇਆ। ਇਹਨਾਂ ਨੇ ਪੌਦੇ ਵੰਡੇ, ਪੌਦੇ ਹਰ ਉਸ ਬੰਦੇ ਨੂੰ ਸਹੁੰ ਵੀ ਖਵਾਈ ਕਿ ਤੁਸੀਂ ਇਹਦਾ ਪ੍ਰਣ ਕਰਨਾ, ਇੱਥੇ ਪ੍ਰਣ ਕਰਕੇ ਇਹ ਪੌਦਾ ਲੈ ਕੇ ਜਾਣਾ ਕਿ ਇਹ ਜਿਹੜਾ ਪੌਦਾ ਤੁਸੀਂ ਲਗਾਓਗੇ ਇਹਦੀ ਦੇਖਭਾਲ, ਇਹਨੂੰ ਜੀਵਤ ਰੱਖਣਾ, ਇਹਦੀ ਜਿਹੜੀ ਆ ਇਹ ਜਦੋਂ ਤੱਕ ਇਹ ਵਾਧਾ ਫੁੱਲਦਾ ਨਹੀਂ ਉਦੋਂ ਤੱਕ ਇਹਦੀ ਪਿਊਰੀ ਕੇਅਰ ਕਰਨੀ ਆ। ਮੈਂ ਐਪਰੀਸ਼ੀਏਟ ਕਰਦਾ ਨੌਜਵਾਨ ਸਭਾ ਮਹੱਲਾ ਪ੍ਰੀਤ ਨਗਰ ਦੇ ਸਾਰੇ ਹੀ, ਜਿੱਦਾਂ ਅਨੁਜ ਜੀ ਆ, ਬਾਬਾ ਜੀ ਆ, ਜਸਪ੍ਰੀਤ ਜੀ ਆ, ਦਮਨ ਕੱਲਾ ਜੀ ਆ, ਸਮਰ ਆ, ਸਾਰੇ ਜਿੰਨੇ ਵੀ ਨੌਜਵਾਨ ਸਭਾ ਦੇ ਇਹਨਾਂ ਦੇ ਮੈਂਬਰ ਆ ਉਹ ਸਾਰੇ ਹੀ ਬੜੀ ਉਤਸ਼ਾਹ ਦੇ ਨਾਲ ਜਿਹੜੀ ਸੇਵਾ ਨਿਭਾ ਰਹੇ ਆ। ਅੱਜ ਸਭ ਤੋਂ ਵੱਡਾ ਇਹਨਾਂ ਨੇ ਹੋਰ ਨਾਲ ਉਪਰਾਲਾ ਕੀਤਾ ਹੈ ਕਿ ਇੱਕ ਖੂਨਦਾਨ ਕੈਂਪ ਜਿਹੜਾ ਲਗਾਇਆ ਕਿ ਲੋਕਾਂ ਦੀਆਂ ਜਿਹੜੀਆਂ ਕਿਤੇ ਵੀ ਕੋਈ ਜ਼ਰੂਰਤ ਜਿਹੜੀ ਉਹਨਾਂ ਨੂੰ ਪੂਰੀ ਕਰਨ ਦੇ ਲਈ ਉਹਨਾਂ ਦਾ ਖੂਨਦਾਨ ਕੈਂਪ ਲਗਾਇਆ ਕਿ ਸਾਰੇ ਆਪਣੇ ਨੌਜਵਾਨ ਖੂਨ ਵੀ ਦਾਨ ਕਰਨ, ਦੇਸ਼ ਦੀ ਸੇਵਾ ਵੀ ਕਰਨ, ਭਵਿੱਖ ਨੂੰ ਵੀ ਸੁਧਾਰਨ ਦੇ ਲਈ ਰੁੱਖ ਵੀ ਪੌਦੇ ਵੀ ਵੰਡੇ ਗਏ ਆ ਅਤੇ ਲੋਕਾਂ ਦੀ ਸੇਵਾ ਵਾਸਤੇ ਲੰਗਰ ਵੀ ਲਗਾ ਰਹੇ। ਸ਼ੁਕਰੀਆ ਜੀ। ਅਨੁਜ ਬਾਬਾ, ਅੱਜ ਇੱਕ ਲੰਗਰ ਲਗਾਇਆ, ਬੂਟੇ ਵੰਡੇ ਆ, ਨਾਲ ਨਾਲ ਖੂਨਦਾਨ ਕੈਂਪ ਵੀ ਲਗਾਇਆ। ਹਾਂਜੀ, ਕੀ ਕਹਿਣਾ ਚਾਹੋਗੇ ਇਸ ਮੌਕੇ 'ਤੇ? ਅਸੀਂ ਤਾਂ ਹਰ ਸਾਲ ਉਪਰਾਲਾ ਕਰੀਦਾ ਜੀ ਇਹ ਚੀਜ਼ ਦਾ, ਹਰ ਸਾਲ ਛਬੀਲ ਲਾਈਦੀ ਆ। ਐਤਕੀ ਅਸੀਂ ਇੱਕ ਬੂਟੇ ਵੀ ਲਗਾਏ ਆ ਅਤੇ ਖੂਨਦਾਨ ਕੈਂਪ, ਇਹ ਨਵਾਂ ਉਪਰਾਲਾ ਸਾਡੇ ਲੋਕਾਂ ਦੀ, ਹੋਰ ਵਧਾਵਾਂਗੇ। ਸ਼ੁਕਰੀਆ। ਕੀ ਨਾਂ ਜੀ? ਮੈਂ ਅੰਕੁਸ਼ ਸ਼ਰਮਾ ਜੀ। ਜੀ, ਕੀ ਕਹਿਣਾ ਚਾਹੋਗੇ? ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਹੈ ਇਸ ਟਾਈਮ, ਜਿਹੜੇ ਇਹਨਾਂ ਨੇ ਰੁੱਖ ਲਾਏ ਆ ਨਾਲ ਦੀ ਨਾਲ ਸਾਡੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ, ਜਾਂ ਜਿਹੜਾ ਉਪਰਾਲਾ ਇਹਨਾਂ ਨੇ ਖੂਨਦਾਨ ਦਾ ਕੈਂਪ ਲਾ ਕੇ, ਜਾਂ ਜਿਹੜਾ ਉਪਰਾਲਾ ਇਹਨਾਂ ਨੇ ਛਬੀਲ ਲਾ ਕੇ ਕੀਤਾ ਹੈ, ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇਹਨਾਂ ਨੇ ਅੱਜ ਅਚੀਵਮੈਂਟ ਕੀਤੀ ਹੈ। ਭਗਵਾਨ ਇਹਨਾਂ ਨੂੰ ਜਿਹੜੇ ਬੂਟੇ ਇਹਨਾਂ ਨੇ ਹੁਣ ਲਾਏ ਆ ਉਹ ਦੁੱਗਣੇ ਚੌਗਣੇ ਕਰਕੇ ਹੋਰ ਅਗਲੇ ਸਾਲ ਲਵੇ, ਤਾਂ ਕਿ ਇਹ ਹੋਰ ਸੇਵਾ ਜਨਤਾ ਦੀ ਕਰ ਸਕਣ। ਤਾਂ ਨਾਲ ਇਹਨਾਂ ਦੇ ਨਾਲ ਨਕੋਦਰ ਵਾਸੀਆਂ ਨੂੰ ਵੀ ਮੈਂ ਅਪੀਲ ਕਰਾਂਗਾ ਵੀ ਉਹ ਵੀ ਇਹ ਬੂਟੇ ਲਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਕਰਨ, ਤਾਂ ਕਿ ਸਾਡਾ ਐਟਮੋਸਫੀਅਰ ਜਿਹੜਾ ਹੋਰ ਵਧੀਆ ਹੋਵੇ। ਮੇਰਾ ਨਾਮ ਅਜੇ ਸ਼ਰਮਾ ਜੀ। ਇਹ ਜੋ ਅੱਜ ਇਹਨਾਂ ਨੇ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ, ਬੜਾ ਸ਼ਲਾਘਾਯੋਗ ਆ, ਕਿਉਂਕਿ ਇਹ ਛਬੀਲਾਂ ਤਾਂ ਬਹੁਤ ਲਗਾਉਂਦੇ ਲੋਕ, ਸਾਰਿਆਂ ਨੇ ਲਾਈਆਂ, ਲੰਗਰ ਵੀ ਲਾਉਂਦੇ ਆ, ਪਰ ਇਹਨਾਂ ਨੇ ਇੱਕ ਸਪੈਸ਼ਲ ਉਪਰਾਲਾ ਕੀਤਾ ਰੁੱਖਾਂ ਦਾ। ਇਹ ਰੁੱਖ ਜਿਹੜੇ ਆ ਇਹ ਤੁਹਾਨੂੰ ਪਤਾ ਸਾਡੇ ਲਈ ਜੀਵਨਦਾਨ ਹੈ, ਆਕਸੀਜਨ ਦੀ ਕਮੀ ਜਿਹੜੀ ਆ ਉਹ ਰੁੱਖ ਹੀ ਪੂਰਾ ਕਰ ਸਕਦੇ ਨੇ। ਪਰ ਨਾਲ ਨਾਲ ਇਹਨਾਂ ਨੇ ਇੱਕ ਇਹਨਾਂ ਨੌਜਵਾਨਾਂ ਨੇ ਇੱਕ ਵੱਡਾ ਉਪਰਾਲਾ ਹੋਰ ਕੀਤਾ ਕਿ ਇੱਥੇ ਖੂਨਦਾਨ ਦਾ ਕੈਂਪ ਲਗਾਇਆ। ਇਹ ਜਿਹੜਾ ਖੂਨਦਾਨ ਆ ਇਹ ਮਹਾਂਦਾਨ ਹੈ,
ਇਸ ਤੋਂ ਵੱਡਾ ਦਾਨ ਕੋਈ ਨਹੀਂ। ਕਿਸੇ ਦੀ ਜ਼ਿੰਦਗੀ ਬਚਾਉਣਾ ਜਿਹੜਾ ਆ ਉਹ ਸਭ ਤੋਂ ਵੱਡਾ ਉਪਰਾਲਾ। ਔਰ ਸੋ ਇਹਨਾਂ ਨੇ ਨੌਜਵਾਨਾਂ ਨੇ ਛਬੀਲ ਦੇ ਨਾਲ ਨਾਲ ਆਪਣਾ ਖੂਨਦਾਨ ਵੀ ਕਰਨਾ ਅਤੇ ਇਸ ਕੈਂਪ ਨੂੰ ਜਿਹੜਾ ਬਹੁਤ ਸ਼ਲਾਘਾਯੋਗ ਮੰਨਿਆ ਜਾ ਰਿਹਾ, ਲੋਕਾਂ ਨੇ ਬਹੁਤ ਤਾਰੀਫ ਕੀਤੀ ਆ। ਧੰਨਵਾਦ ਟਿੰਗਰਾ ਜੀ ਤੁਹਾਡਾ ਇੱਥੇ ਪਹੁੰਚਣ ਦਾ, ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਸਰ? ਕਮਲਪ੍ਰੀਤ ਸਿੰਘ। ਕੀ ਕਹਿਣਾ ਚਾਹੋਗੇ ਜੀ? ਸਾਰੇ ਮੁੰਡਿਆਂ ਨੇ ਰਲ ਕੇ ਛਬੀਲ ਲਈ, ਬਹੁਤ ਬਹੁਤ ਵਧੀਆ ਲੱਗ ਰਿਹਾ ਪੰਜਾਬ, ਨਾਲੇ ਖੂਨਦਾਨ ਕੈਂਪ ਵੀ ਲੱਗ ਰਿਹਾ ਅਤੇ ਪੰਜਾਬ ਵੀ ਠੰਡਾ ਹੋਏਗਾ ਅਤੇ ਰੁੱਖ ਵੀ ਲਗਾ ਰਹੇ ਹਾਂ ਅਤੇ ਸਾਰਾ ਖੁਸ਼ਹਾਲ ਹੋਏਗਾ ਪੰਜਾਬ। ਧੰਨਵਾਦ। ਬਿਲਕੁਲ ਜੀ, ਸਾਰਾ ਪੰਜਾਬ ਖੁਸ਼ਹਾਲ ਹੋਏਗਾ। ਨੌਜਵਾਨ ਸਭਾ ਮਹੱਲਾ ਫਰੀਦ ਨਗਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਮੈਂ ਗੱਲ ਕਰਨਾ ਚਾਹਾਂਗਾ ਛਬੀਲਾਂ ਵਾਲੇ, ਜਿਹੜੇ ਛਬੀਲਾਂ ਲਾਉਂਦੇ ਨੇ ਮਈ ਜੂਨ ਦੇ ਵਿੱਚ, ਉਹਨਾਂ ਨੇ ਇੱਕ ਨਾਲ ਬਹੁਤ ਵਧੀਆ ਉਪਰਾਲਾ ਕੀਤਾ, ਜਿਹੜੇ ਕਿ ਨਾਲ ਰੁੱਖ ਵੰਡ ਲੈਣੇ ਨੇ। ਰੁੱਖ ਨੂੰ ਲਾਉਣਾ ਇੱਕ ਬਹੁਤ ਜ਼ਰੂਰੀ ਹੋ ਗਿਆ ਪੰਜਾਬ ਦੇ ਵਿੱਚ, ਕਰੋੜਾਂ ਰੁੱਖ ਲੱਗਣੇ ਇਸ ਵਕਤ ਜ਼ਰੂਰੀ ਆ। ਮਹੱਲਾ ਪ੍ਰੀਤ ਨਗਰ ਦੇ ਨਿਵਾਸੀਆਂ ਨੇ ਰੁੱਖ ਵੀ ਲਾਏ ਨੇ, ਬਲੱਡ ਦਾਨ ਦਾ ਇੱਕ ਕੈਂਪ ਵੀ, ਬਲੱਡ ਵੀ ਦਾਨ ਦਾ ਕੈਂਪ ਵੀ ਲਗਾਇਆ, ਨਾਲ ਨਾਲ ਲੰਗਰ ਲਗਾਇਆ। ਔਰ ਇਹ ਜਿਹੜਾ ਲੰਗਰ ਆ ਇਹ ਬਾਈਪਾਸ 'ਤੇ ਲੱਗਾ ਆ, ਜਿੱਥੇ ਮੈਂ ਇੱਕ ਵਾਰ ਮੈਂ ਕੈਮਰੇ ਵਾਲਿਆਂ ਨੂੰ ਕਹਾਂ ਗੱਡੀਆਂ ਦਿਖਾ ਦਿਓ, ਗੱਡੀਆਂ ਰੁੱਕ ਰੁੱਕ ਕੇ ਇੱਥੇ ਠੰਡਾ ਮਿੱਠਾ ਜਲ ਛਕ ਰਹੀਆਂ ਨੇ, ਲੰਗਰ ਖਾ ਰਹੀਆਂ ਨੇ, ਔਰ ਬਹੁਤ ਸਾਰੇ ਨੌਜਵਾਨ ਇੱਥੇ ਜਿਹੜਾ ਆ ਬਲੱਡ ਦਾਨ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।